क्योंकि मावां दे दिल साफ होंदे ने, मावां हमेशा ही चंगा चाहुंदियां ने, हमेशा ही अपने बच्चों का चंगा सोचदियां ने। मैं हमेशा पंजाब दे नाल हां, पंजाबीयत दे नाल हां, पंजाब दीआं मावां दे नाल हां। सो मेरी भी सरकार नूं यही बेनती है कि जो थोड़ी बनती कार्रवाई तुसीं करो, ध्यान रखो, तुसीं साडे देश नूं सांभना, तुसीं चलाउणा। दोस्तों, सिद्धू मूसेवाले तो बाद हुण गायक सिंघा ने भी लाइव हो के दीप सिद्धू दे परिवार बारे वड्डे खुलासे कर दिते। देख के एक बार तुसीं भी सोचण लई मजबूर हो जाओगे। पूरी खबर जानण तो पहलां जेकर तुसीं भी सिद्धू मूसेवाले की सपोर्ट करते हो तो इस वीडियो नूं वध तों वध लाइक अते शेयर करना ना भुलना अते ताज़ा खबरां की जानकारी लई साडे चैनल नूं सबसक्राइब भी जरूर कर लैणा। दीप सिद्धू की गिरफ्तारी तो बाद जिथे सिद्धू वल्लों भी एक मैसेज अपने सोशल मीडिया से पा के सुनेहा देण की कोशिश की गई सी कि उस समय सानूं किसी नूं भी गद्दार नहीं कहना चाहिए। उस तो बाद ही सारे पासे दीप सिद्धू बारे चर्चा होने लगी ते काफ़ी वड्डी गिणती विच नौजवानी दीप सिद्धू दे पक्ष विच भी दिखाई दिंदी रही। इसे तो बाद गायक सिंघा ने लाइव हो के दीप सिद्धू बारे ते उन्हां दे पूरे परिवार बारे दस्या ते हैरानीजनक खुलासे कर दिते। तुसीं खुद इत्थे देख सकदे हो कि सिंघा ने दीप सिद्धू ते खास तौर ते उन्हां दे माता जी बारे की कहा ते खुद अंदाजा लगा सकदे हो। दीप सिद्धू वीरे बारे असीं मूवी कीती सीगी वीरे नाल, मैं जोरा दा सैकंड चैप्टर 2 ते वीरे ने उहदे विच काम कीता सी, मैं भी नाल सी, नाल होर आर्टिस्ट सीगे। बहुत ही चंगा वधिया इंसान आ वीरा, पढ़िया लिखिया ते इमोशनल इंसान आ। ते वीरे नाल काम करके जदों असीं शूट ते भी हुंदे सी, हरेक काम नूं सीरियस लै के बिच बढ़ के कि किद्दां की करना, काफ़ी कुछ दस्या मैनूं वीरे ने भी कि किवें करना इहनूं। ਉਹ ਹਰੇਕ ਚੀਜ਼ ਦੇ ਵਿੱਚ ਵੜ ਜਾਂਦੇ ਸੀ। ਜਿੱਦਾਂ ਹੁਣ ਜੇ ਅਸੀਂ ਮੂਵੀ ਸ਼ੂਟ ਕਰਦੇ ਹਾਂ ਤਾਂ ਉਹਨਾਂ ਨੇ ਵੀਰੇ ਨੇ ਸ਼ੂਟਿੰਗ ਦੇ ਪੂਰਾ ਵਿੱਚ ਵੜ ਜਾਣਾ ਕਿ ਹਾਂ ਯਾਰ, ਮਤਲਬ ਕਿ ਹਰੇਕ ਕੰਮ ਨੂੰ ਸੀਰੀਅਸ ਹੋ ਕੇ ਆਪ ਮੂਹਰੇ ਹੋ ਕੇ ਕਰਨ ਵਾਲਾ ਬੰਦਾ, ਸਮਝਣਾ ਹਰੇਕ ਗੱਲ ਨੂੰ, ਮਤਲਬ ਜੋ ਵੀ ਹੈ ਨਾ। ਅਤੇ ਜੋ ਮੈਨੂੰ ਵੀਰੇ ਨਾਲ ਕੰਮ ਕਰਕੇ ਲੱਗਾ ਉਹ ਹੀ ਮੈਂ ਤੁਹਾਨੂੰ ਦੱਸ ਰਿਹਾ। ਵਧੀਆ ਇਨਸਾਨ ਅਤੇ ਬਾਕੀ ਜੋ ਵੀ ਸਾਡੇ ਹਾਲਾਤ ਹੋਏ ਆ ਆਪਣੇ ਪੰਜਾਬ ਦੇ, ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ, ਅਤੇ ਮੈਂ ਉਹਦੇ ਬਾਰੇ ਕੀ ਬੋਲੂੰਗਾ। ਬਸ ਇੰਨਾ ਹੀ ਕਹਿਣਾ ਚਾਹੁੰਦਾ ਕਿ ਦੀਪ ਵੀਰਾ ਇਨਸਾਨ ਵਧੀਆ ਹੈ। ਅਤੇ ਮੈਨੂੰ ਨਹੀਂ ਪਤਾ ਕਿਉਂਕਿ ਮੈਂ 26 ਜਨਵਰੀ ਨੂੰ ਨਹੀਂ ਸੀਗਾ ਉੱਥੇ, ਅਤੇ ਕੀ ਹੋਇਆ, ਕਿਹਨੇ ਕੀਤਾ, ਗਲਤੀ ਹੋਈ ਹੈ, ਚਲੋ। ਬਟ ਮੈਂ ਹੀ ਕਹਿਣਾ ਚਾਹੁੰਦਾ ਕਿ ਸਰਕਾਰ ਸਾਡੀ ਪੂਰੀ ਸਪੋਰਟ ਕਰੇ, ਪੂਰਾ ਧਿਆਨ ਰੱਖੇ, ਕਿਸੇ ਨੂੰ ਕੁਛ ਹਾਰਟ ਨਾ ਹੋਵੇ। ਜਿੰਨੇ ਵੀ ਕਿਸਾਨ ਬੈਠੇ ਆ, ਆਪਣੇ ਵੀਰਾ ਵੀ ਆ ਜਾਂ ਹੋਰ ਵੀ ਅੰਦਰ ਵੀ ਗਏ ਨੇ ਜੋ ਇਸ ਸੰਘਰਸ਼ ਦੇ ਵਿੱਚ, ਸਾਰੇ ਆਪਣੇ ਹੀ ਆ, ਵੀਰ ਭਰਾਈ ਆ, ਅਤੇ ਸਾਰਿਆਂ ਦਾ ਧਿਆਨ ਰੱਖਿਆ ਜਾਵੇ, ਕਿਸੇ ਨੂੰ ਜਾਨੀ ਮਾਲੀ ਕਿਸੇ ਦਾ ਵੀ ਨੁਕਸਾਨ ਨਾ ਹੋਵੇ। ਸੋ ਮੈਂ ਸਰਕਾਰ ਨੂੰ ਵੀ ਇਹੀ ਬੇਨਤੀ ਕਰਦਾ ਕਿ ਕਦੇ ਕਦੇ ਬੰਦੇ ਤੋਂ ਉੱਦਾਂ ਦਾ ਹੁੰਦਾ ਜਿਵੇਂ ਜਿਵੇਂ ਲੋਕ ਕਹਿੰਦੇ ਨੇ ਜਾਂ ਉਹਨਾਂ ਨਾਲ ਚੱਲਣਾ ਪੈਂਦਾ, ਕਿਉਂਕਿ ਸਾਰੇ ਜ਼ਿੰਮੇਵਾਰ ਹਾਂ ਅਸੀਂ। ਜੇ ਕੋਈ ਵੀ ਗੱਲ ਹੋਈ ਆ ਤਾਂ ਜਿੰਨੇ ਉੱਥੇ ਸੀਗੇ ਸਾਰੇ ਜ਼ਿੰਮੇਵਾਰ ਨੇ। ਬਾਕੀ ਮੈਂ ਤਾਂ ਇਹੀ ਕਹਿੰਦਾ ਕਿ ਕਿਸੇ ਦੀ ਮਾਂ ਨਹੀਂ ਰੋਣੀ ਚਾਹੀਦੀ। ਜਦੋਂ ਕਿਸੇ ਮਾਂ ਦੀਆਂ ਅੱਖਾਂ 'ਚੋਂ ਹੰਝੂ ਡਿੱਗਦੇ ਨੇ ਨਾ,
ਤਾਂ ਉਹ ਮਾਂ ਨਹੀਂ ਰੋਂਦੀ, ਉਹ ਰੱਬ ਰੋਂਦਾ ਹੈ। ਕਿਉਂਕਿ ਮਾਵਾਂ ਦੇ ਦਿਲ ਸਾਫ ਹੁੰਦੇ ਨੇ, ਮਾਵਾਂ ਹਮੇਸ਼ਾ ਹੀ ਚੰਗਾ ਚਾਹੁੰਦੀਆਂ ਨੇ, ਹਮੇਸ਼ਾ ਹੀ ਆਪਣੇ ਬੱਚਿਆਂ ਦਾ ਚੰਗਾ ਸੋਚਦੀਆਂ ਨੇ। ਮੈਂ ਹਮੇਸ਼ਾ ਪੰਜਾਬ ਦੇ ਨਾਲ ਹਾਂ, ਪੰਜਾਬੀਅਤ ਦੇ ਨਾਲ ਹਾਂ, ਪੰਜਾਬ ਦੀਆਂ ਮਾਵਾਂ ਦੇ ਨਾਲ ਹਾਂ। ਸੋ ਮੇਰੀ ਵੀ ਸਰਕਾਰ ਨੂੰ ਇਹੀ ਬੇਨਤੀ ਆ ਕਿ ਜੋ ਤੁਹਾਡੀ ਬਣਦੀ ਕਾਰਵਾਈ ਤੁਸੀਂ ਕਰੋ, ਧਿਆਨ ਰੱਖੋ, ਤੁਸੀਂ ਸਾਡੇ ਦੇਸ਼ ਨੂੰ ਸਾਂਭਣਾ, ਤੁਸੀਂ ਚਲਾਉਣਾ। ਅਤੇ ਬਸ ਕਿਸੇ ਮਾਂ ਦੇ ਪੁੱਤ ਨੂੰ ਜਾਂ ਕਿਸੇ ਨੂੰ ਵੀ ਇੱਦਾਂ ਐਵੇਂ ਨਾ ਕਰੋ ਕਿ ਕਿਸੇ ਮਾਂ ਦੇ ਅੱਖਾਂ 'ਚੋਂ ਹੰਝੂ ਨਿਕਲਣ, ਕਿਉਂਕਿ ਤੁਹਾਡੀਆਂ ਵੀ ਮਾਵਾਂ ਨੇ, ਸਾਡੀਆਂ ਵੀ ਮਾਵਾਂ ਨੇ। ਮਾਂ ਨਹੀਂ ਰੋਣੀ ਚਾਹੀਦੀ ਕਦੇ ਵੀ। ਸੋ ਮੈਂ ਹਮੇਸ਼ਾ ਆਪਣੇ ਪੰਜਾਬ ਲਈ ਹਾਂ, ਜਿੰਨਾ ਕਵੀਆਂ ਚਾਹੇ ਥੋੜ੍ਹਾ ਹੈ ਚਾਹੇ ਬਹੁਤਾ ਆ, ਹਮੇਸ਼ਾ ਕੋਸ਼ਿਸ਼ ਕਰਦਾ ਉਹਨਾਂ ਕਿ ਜੋ ਜੋ ਮੈਨੂੰ ਲੱਗਦਾ, ਜੋ ਮੇਰੇ ਦਿਲ ਨੂੰ ਲੱਗਦਾ, ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ। ਅਤੇ ਮੈਨੂੰ ਇੰਨਾ ਪਤਾ ਕਿ ਮੈਂ ਕੰਮ ਕੀਤਾ ਵੀ ਰਹਿਣਾ, ਵੀਰਾ ਵਧੀਆ ਇਨਸਾਨ, ਵਧੀਆ ਬਹੁਤ ਚੰਗਾ ਕੰਮ 'ਤੇ ਫੋਕਸ ਕਰਨ ਵਾਲਾ, ਕਿਸੇ ਵੀ ਕੰਮ ਦੇ ਵਿੱਚ ਵੜ ਜਾਂਦਾ ਵੀਰਾ ਐਨ। ਐਡੀਟਿੰਗ ਸਾਡੀ ਫਿਲਮ ਦੀ ਸੀਗੀ ਬੋਂਬੇ, ਅਤੇ ਫਿਰ ਮੈਂ ਆਪ ਨਾਲ ਹੋ ਕੇ ਐਡੀਟਿੰਗ 'ਤੇ ਇਕੱਲਾ ਇਕੱਲਾ ਸੀਨ, ਇਕੱਲਾ ਇਕੱਲਾ ਸ਼ੋਟ ਆਪ ਨਾਲ ਹੋ ਕੇ, ਨਹੀਂ ਤਾਂ ਕੌਣ ਐਕਟਰ ਆ ਜਿਹੜਾ ਇੰਨਾ ਨਾਲ ਫੋਕਸ ਕਰਦਾ, ਇੰਨਾ ਐਨੀ ਡੈਡੀਕੇਸ਼ਨ ਨਾਲ ਕੰਮ ਕਰਦਾ। ਸੋ ਮੈਨੂੰ ਬਹੁਤ ਕੁਛ ਸਿੱਖਣ ਨੂੰ ਮਿਲਿਆ ਕਿ ਕੰਮ ਨੂੰ ਕਿੱਦਾਂ ਵਧੀਆ ਤਰੀਕੇ ਨਾਲ ਰਹਿ ਕੇ ਕੀਤਾ ਜਾ ਸਕਦਾ, ਜਾਂ ਆਪਾਂ ਕਰੀਏ, ਜਾਂ ਆਪਣੇ ਵਫ਼ਾਦਾਰ ਕੰਮ ਲਈ ਵਫ਼ਾਦਾਰ ਵੀ। ਅਤੇ ਸੋ ਕਿਸਾਨ ਯੂਨੀਅਨ ਜ਼ਿੰਦਾਬਾਦ ਹੀ ਆ ਜੀ, ਕਿਸਾਨ ਏਕਤਾ ਹਮੇਸ਼ਾ ਜ਼ਿੰਦਾਬਾਦ ਰਹੂਗੀ, ਆਪਣੇ ਪੰਜਾਬੀਅਤ ਜ਼ਿੰਦਾਬਾਦ ਰਹੂਗੀ, ਪੰਜਾਬ ਜ਼ਿੰਦਾਬਾਦ ਰਹੂਗਾ, ਸਾਰੇ ਚੜ੍ਹਦੀ ਕਲਾ 'ਚ ਰਹਿਣ। ਮੇਰੇ ਦਿਲ ਦੇ ਵਿੱਚ ਇਹ ਸੀਗੀ, ਕਿਉਂਕਿ ਮੈਂ ਵੀਡੀਓ ਦੇਖੀ ਕੱਲ੍ਹ, ਸੋ ਉਹਦੇ ਵਿੱਚ ਦੀਪ ਵੀਰੇ ਦੀ ਮਾਂ ਦੀ ਵੀਡੀਓ ਦੇਖੀ ਸੀ ਮੈਂ, ਅਤੇ ਮੈਨੂੰ ਜੋ ਫੀਲ ਹੋਇਆ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਸੀ। ਬਹੁਤੀ ਕੋਈ ਹੋਰ ਗੱਲ ਨਹੀਂ ਕਰਨੀ ਮੈਂ। ਅਤੇ ਰੱਬ ਚੜ੍ਹਦੀ ਕਲਾ 'ਚ ਰੱਖੇ ਪਰਮਾਤਮਾ ਹਮੇਸ਼ਾ ਹੀ ਸਾਰਿਆਂ ਨੂੰ। ਅਤੇ ਦੋਸਤੋ, ਸਿੱਧੂ ਤੋਂ ਬਾਅਦ ਜਿਵੇਂ ਹੋਰ ਦੂਸਰੇ ਕਲਾਕਾਰ ਵੀ ਹੌਲੀ ਹੌਲੀ ਹੁਣ ਦੀਪ ਸਿੱਧੂ ਦੇ ਪੱਖ ਵਿੱਚ ਗੱਲ ਕਰ ਰਹੇ ਹਨ, ਤਾਂ ਤੁਹਾਨੂੰ ਕੀ ਲੱਗਦਾ ਕਿ ਸੱਚ ਵਿੱਚ ਹੀ ਕਿਤੇ ਇੱਥੇ ਦੀਪ ਸਿੱਧੂ ਨਾਲ ਧੱਕਾ ਹੋਇਆ ਹੋਵੇਗਾ ਜਾਂ ਨਹੀਂ? ਸਾਨੂੰ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਇਸ ਦੇ ਨਾਲ ਹੀ ਇੰਸਟਾਗ੍ਰਾਮ ਉੱਪਰ ਵੀ ਵਾਇਰਲ ਪੰਜਾਬੀ ਗਿਆਨ ਨੂੰ ਫੋਲੋ ਜ਼ਰੂਰ ਕਰ ਲੈਣਾ, ਅਤੇ ਜੇਕਰ ਤੁਹਾਡੇ ਕੋਲ ਵੀ ਸਾਡੀ ਵੀਡੀਓ ਲਈ ਕੋਈ ਨਿਊਜ਼ ਹੈ ਤਾਂ ਸਾਨੂੰ ਤੁਸੀਂ ਉੱਥੇ ਦੱਸ ਸਕਦੇ ਹੋ। ਧੰਨਵਾਦ। ਫਿਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਖਬਰਾਂ ਦੇ ਨਾਲ। ਦੇਖਦੇ ਰਹਿਣਾ ਵਾਇਰਲ ਪੰਜਾਬੀ ਗਿਆਨ।